ਸਤਿ ਸ੍ਰੀ ਅਕਾਲ ਦੋਸਤੋ ਬਹੁਤ ਸਾਰੇ ਸਾਥੀ ਇਸ ਵਕਤ ਪੋਸਟਾਂ ਦੀ ਉਡੀਕ ਕਰ ਰਹੇ ਨੇ ਲੇਕਿਨ ਇੱਕ ਵਾਇਰਲ ਹੋ ਰਿਹਾ ਹੈ ਸਕਰੀਨਸ਼ਾਟ ਹਜੇ ਤੱਕ ਕੋਈ ਵੀ ਵੈਕੈਂਸੀ ਸੰਬੰਧੀ ਨੋਟੀਫਿਕੇਸ਼ਨ ਵੈਬਸਾਈਟ ਤੇ ਨਹੀਂ ਆਇਆ ਨਾ ਕਿ ਅਖਬਾਰ ਦੇ ਵਿੱਚ ਲੇਕਿਨ ਇਹ ਜੋ ਸਕਰੀਨਸ਼ਾਟ ਹੈ ਦਾਅਵਾ ਕਰ ਰਿਹਾ ਹੈ ਕਿ 1580 ਹਿੰਦੀ ਮਾਸਟਰ ਕੈਡਰ ਦੀ ਹੈ ਵੈਕੈਂਸੀ ਜੋ ਕੇਵਲ ਬਾਰਡਰ ਕੈਡਰ ਲਈ ਹੈ ਉਸ ਉਪਰ ਦੇ ਲਈ online ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ 22 ਦਸੰਬਰ 2021 ਸ਼ਾਮ 5 ਵਜੇ ਤੱਕ ਠੀਕ ਹੈ ਤੇ ਇਹ ਰੋਲਾ ਹੈ टर्म ਐਂਡ ਕੰਡੀਸ਼ਨ ਵੀ ਲਿਖੀਆਂ ਪਈਆਂ ਨੇ ਠੀਕ ਹੈ ਦੋਸਤੋ ਪਹਿਲੀ ਗੱਲ ਤਾਂ ਇਹ ਕਿ ਲੋਗ ਲੋਕਾਂ ਨੇ ਜਦੋਂ ਇਹ ਦੇਖਿਆ ਹੈ ਨੋਟੀਫਿਕੇਸ਼ਨ ਤਾਂ ਲੋਕ ਬਾਹਰੇ ਹੋ ਗਏ ਨੇ ਦੋਸਤੋ ਜਿੰਨੇ ਵੀ ਨੋਟੀਫਿਕੇਸ਼ਨ ਆਏ ਨੇ ਡਾਇਰੈਕਟਰ ਸਿੱਖਿਆ ਵਰਤੀ ਡਾਇਰੈਕਟਰ ਪੰਜਾਬ ਲਿਖਿਆ ਤਾਂ ਆਹੀ ਹੁੰਦਾ ਹੈ ਲੇਕਿਨ ਕਦੇ ਵੀ اٹੈਲਿਕ ਅੱਖਰਾਂ ਚ ਨਹੀਂ ਲਿਖਿਆ ਹੁੰਦਾ ਦੂਸਰੀ ਗੱਲ ਅਖਬਾਰ ਮੈਂ ਪੜ ਲਈਏ ਕੋਈ ਨੋਟੀਫਿਕੇਸ਼ਨ ਹੋਤੇ ਵੀ ਨਹੀਂ ਹੈ ਅਜੀਤ ਔਰ ਤ੍ਰਿਵਨ ਦੇ ਵਿੱਚ ਦੂਸਰੀ ਗੱਲ ਇੱਥੇ ਪੰਜਾਬ ਸਰਕਾਰ ਦਾ ਲੋਗੋ ਬਣਿਆ ਹੁੰਦਾ ਹੈ ਠੀਕ ਹੈ ਔਰ ਇਹੋ ਜਿਹੇ ਨੋਟੀਫਿਕੇਸ਼ਨ ਸ਼ਾਰਟਕੱਟ ਦੇ ਵਿੱਚ ਅਖਬਾਰ ਦੇ ਵਿੱਚ ਦਿੱਤਾ ਹੁੰਦਾ ਹੈ ਠੀਕ ਹੈ ਜਦੋਂ ਵੈਬਸਾਈਟ ਤੇ ਆਉਂਦਾ ਹੈ ਪੀਡੀਐਫ ਦੇ ਰੂਪ ਵਿੱਚ ਤੇ ਵਿਦ ਕੈਟਾਗਰੀ ਸਾਰੀਆਂ ਪੋਸਟਾਂ ਦਾ ਵਿਤਰਣ ਦੱਸਿਆ ਹੁੰਦਾ ਹੈ ਮੈਂ ਤੁਹਾਨੂੰ ਉਦਾਹਰਣ ਦੱਸਦਾ ਹਾਂ ਦੋਸਤੋ ਜੋ ਅਸਲੀ ਨੋਟੀਫਿਕੇਸ਼ਨ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਹੁੰਦੇ ਨੇ ਘਰ ਘਰ ਰੋਜ਼ਗਾਰ ਲਿਖਿਆ ਹੁੰਦਾ ਹੈ ਠੀਕ ਹੈ ਨੋਟੀਫਿਕੇਸ਼ਨ ਇੰਜ ਲੱਗਿਆ ਹੁੰਦਾ ਹੈ ਔਰ ਜਨਤਕ ਨਿਯੁਕਤੀਆਂ ਵਗੈਰਾ ਪਬਲਿਕ ਨੋਟਿਸ ਦੀ ਬਜਾਏ ਜਨਤਕ ਨਿਯੁਕਤੀਆਂ ਲਿਖਿਆ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਔਰ ਸਭ ਤੋਂ ਉੱਪਰ ਇਹ ਵੀ ਨੋਟ ਕਰਨਾ ਇਹ ਵੀ ਹੁੰਦਾ ਹੈ ਠੀਕ ਹੈ ਕਰ ਕਰ ਨੌਕਰੀਆਂ ਤੇ ਉਸ ਤੋਂ ਬਾਅਦ ਅਸਾਮੀਆਂ ਦੀ ਵੰਡ ਠੀਕ ਹੈ ਕਦੇ ਵੀ ਸ਼ੋਰਟਕਟ ਦੇ ਵਿੱਚ ਨੋਟੀਫਿਕੇਸ਼ਨ ਨਹੀਂ ਆਉਂਦਾ ਵੈਬਸਾਈਟ ਦੇ ਉੱਤੇ ਜੇ ਉਹਦੇ ਵੀ ਆਉਂਦਾ ਹੈ ਜੂਨੀਅਰ ਪੋਸਟਾਂ ਆਉਂਦੀਆਂ ਨੇ ਕੈਟਾਗਰੀ ਵਾਈਜ਼ ਵੰਤਰਨ ਦੇ ਨਾਲ ਆਉਂਦੀਆਂ ਨੇ ਦੂਸਰੀ ਗੱਲ ਦੋਸਤੋ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਬਣਾਉਣਾ ਅੱਜ ਦੇ ਸਮੇਂ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕੋਈ ਵੀ ਆਪਣੇ ਲੈਪਟਾਪ ਵਿੱਚ ਮੋਬਾਈਲ ਦੇ ਵਿੱਚ ਇਹੋ ਜਿਹੀ ਘਟਨਾ ਵਾਪਰ ਸਕਦਾ ਹੈ ਮਤਲਬ ਬਹੁਤ ਸੌਖੇ ਹੁੰਦੇ ਨੇ ਔਰ ਦੂਸਰੀ ਗੱਲ ਕਿ ਤੁਸੀਂ ਦੇਖ ਸਕਦੇ ਹੋ ਜੋ ਲਾਸਟ ਟਾਈਮ 830 ਭਰਤੀ ਦੇ ਸੰਬੰਧ ਵਿੱਚ ਵੀ ਦੋ ਵਾਰ ਇਹੋ ਜਿਹਾ ਰੋਲਾ ਪਿਆ ਸੀ ਇੱਕ ਵਾਰ ਕੁਝ 4500 ਪੋਸਟਾਂ ਦਾ ਸੀ ਦੂਸਰੀ ਵਾਰ 5200 ਪੋਸਟਾਂ ਦਾ ਰੋਲਾ ਪਿਆ ਸੀ ਠੀਕ ਹੈ ਤੇ ਕਹਿ ਸਕਦੇ ਹਾਂ ਕਿ ਇਹੋ ਜਿਹਾ ਸ਼ਰਾਰਤੀ ਤੱਤ ਹੁੰਦੇ ਨੇ ਸਾਡੇ ਵਿੱਚ ਜੋ ਜਨਤਾ ਦੇ ਇਮੋਸ਼ਨ ਨਾਲ ਖੇਲਦੇ ਨੇ ਔਰ ਦੇਖ ਸਕਦੇ ਹੋ ਕਿ ਕਿਵੇਂ ਲਾਲਚ ਦਿੱਤਾ ਗਿਆ ਹੈ ਬਾਕੀ ਮੈਂ ਤਾਂ ਚਾਹੁੰਦਾ ਹਾਂ ਕਿ ਇੰਨੀਆਂ ਇਤੋ ਹੀ ਵੱਧ ਵੈਕੈਂਸੀਆਂ ਆਈ ਜਾਣ ਹਿੰਦੀ ਵਾਸਤੇ ਔਰ ਬਾਕੀ ਆਪਣੇ ਭਰਾ ਜਿਹੜੇ ਨੇ ਭੈਣ ਭਰਾ ਆਪਣੇ ਪੰਜਾਬੀ ਔਰ ਐਸਐਸਟੀ ਵਾਲੇ ਉਹਨਾਂ ਨੂੰ ਵੀ ਇੰਨੀਆਂ ਇਤੋ ਵੱਧ ਪੋਸਟਾਂ ਮਿਲਣੀਆਂ ਚਾਹੀਦੀਆਂ ਨੇ ਤਾਂ ਜੋ ਉਹ ਵੀ ਰੋਜ਼ਗਾਰ ਲੈ ਸਕਣ ਤੇ ਦੂਸਰੀ ਗੱਲ ਇਹ ਹੈ ਕਿ 22 ਦਸੰਬਰ 2021 ਤੱਕ ਦੱਸ ਰਿਹਾ ਹੈ ਨੋਟੀਫਿਕੇਸ਼ਨ ਏ ਉਹ ਤੱਕ ਮੰਗ ਕੀਤੀ ਜਾਏਗੀ ਆਨਲਾਈਨ ਰਖਵਾਸਤਾਂ ਦੀ ਇਹ ਕਿਵੇਂ ਹੋ ਸਕਦਾ ਹੈ ਜੀ ਠੀਕ ਹੈ 21 ਦਿਨ ਵੀ ਪੂਰੇ ਨਹੀਂ ਦਿੱਤੇ ਜਾ ਰਹੇ ਔਰ ਸਾਰਿਆਂ ਨੂੰ ਪਤਾ ਹੈ ਕਿ ਇਗਜ਼ਾਮ ਤਾਂ ਹੋਣਾ ਨਹੀਂ ਹੈ ਹੁਣ ਲੇਕਿਨ ਜੋ ਪੀ ਪੀਐਸਟੈਟ ਪਾਸ ਹੋਣਗੇ ਉਹਨਾਂ ਨੂੰ ਵੀ ਹੁਣ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ ਨਹੀਂ ਤਾਂ ਕੋਰਟ ਜਾਣਗੇ ਜੋ ਕਿ ਤੈ ਠੀਕ ਹੈ ਦੋਸਤੋ ਸਕੁੱਲ ਮਿਲਾ ਕੇ ਮੇਰੀ ਔਰ ਤੋਂ ਤੇ ਇਹ ਨੋਟੀਫਿਕੇਸ਼ਨ ਕਿਤਨੇ ਕਿਤੇ ਫੇਕ ਹੈ ਤੁਹਾਨੂੰ ਮੈਂ ਅਸਲੀ ਨੋਟੀਫਿਕੇਸ਼ਨ ਦੀ ਚਲਕੀ ਵੀ ਦੱਸ ਦਿੱਤੀ ਹੈ ਕਿ ਕਿਵੇਂ ਹੁੰਦਾ ਹੈ ਤੁਸੀਂ ਕੀ ਸੋਚਦੇ ਹੋ ਬਾਰੇ ਧੰਨਵਾਦ